ਜੈ ਭੀਮ ਜੈ ਭਾਰਤ। ਅੱਜ 1 ਜਨਵਰੀ 2018 ਅਸੀਂ ਸਮੂਹ ਅੰਬੇਡਕਰ ਟਾਈਗਰ ਫੋਰਸ NGO ਦੇ ਜੋ ਅਸੀਂ ਟੀਮ ਦਾ ਗਠਨ ਕਰਨ ਜਾ ਰਹੇ ਹਾਂ ਉਹਦੇ ਸਮੂਹ ਮੈਂਬਰ ਮੇਰੇ ਨਾਲ ਬੈਠੇ ਹਨ ਔਰ ਮੈਂ ਆਪਣੇ ਸਮਾਜ ਨੂੰ ਇਹ ਦੱਸਣਾ ਚਾਹੁੰਦਾ ਕਿ 1 ਜਨਵਰੀ 1818 ਨੂੰ ਜੋ ਹੈ 500 ਮਹਾਰ ਕੌਮ ਦੇ ਜਿਹੜੇ ਸੂਰਬੀਰ ਉਹਨਾਂ ਨੇ ਜਿਹੜਾ ਹੈਗਾ ਬਾਜੀਰਾਓ ਪੇਸ਼ਵਾ ਜੋ ਸੀ ਉਹਨਾਂ ਦੀ 28,000 ਫੌਜ ਨੂੰ ਜਿਹੜਾ ਹੈਗਾ ਮਾਰ ਕੇ ਢੇਰ ਕਰ ਦਿੱਤਾ ਸੀ। ਅੱਜ 200 ਸਾਲ ਪੂਰਾ ਹੋ ਚੁੱਕਿਆ ਇਸ ਗੱਲ ਨੂੰ ਔਰ ਇਹ ਗੱਲਾਂ ਜਿਹੜੀਆਂ ਹੈਗੀਆਂ ਸਰਕਾਰਾਂ ਦਿਨ ਪ੍ਰਤੀ ਦਿਨ ਜਿਹੜਾ ਹੈ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਕਿ ਸਾਡੇ ਸਮਾਜ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਕਰਕੇ ਅਤੇ ਉਹੀ ਸਿਚੁਏਸ਼ਨ ਜਿਹੜੀ ਹੈਗੀ ਹੈ ਸਾਡੇ 'ਤੇ ਦੁਬਾਰਾ ਲਾਗੂ ਕਰ ਦਿੱਤੀ ਜਾਵੇ ਔਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸਾਨੂੰ ਸੰਵਿਧਾਨਿਕ ਹੱਕਾਂ ਦੇ ਵਿੱਚ ਜੋ ਸਾਨੂੰ ਲੈ ਕੇ ਦਿੱਤਾ ਹੈ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ, ਕਿਸੇ ਤੋਂ ਧੜਕਣ ਦੀ ਲੋੜ ਨਹੀਂ ਹੈ, ਉਹ ਸਾਡਾ ਆਪ ਦੀ ਸਾਡੀ ਜਗੀਰ ਹੈ ਪਰ ਸਾਨੂੰ ਪਹਿਚਾਨਣ ਦੀ ਲੋੜ ਹੈ। ਇਸ ਕਰਕੇ ਮੈਂ ਅੱਜ ਦੇ ਦਿਨ ਜੋ ਜਿਸਨੂੰ ਸ਼ੌਰਯ ਦਿਵਸ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਔਰ ਨਵਾਂ ਸਾਲ ਵੀ ਚੜ੍ਹ ਗਿਆ ਹੈ ਔਰ ਸ਼ੌਰਯ ਦਿਵਸ ਔਰ ਨਵੇਂ ਸਾਲ ਦੀਆਂ ਮੈਂ ਪੂਰੇ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਅੱਜ ਦੇ ਦਿਨ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਅਸੀਂ ਪੂਰੇ ਸਾਲ ਦੇ ਵਿੱਚ ਕੀ ਕਰਨਾ ਹੈ ਔਰ ਮੈਂ ਇੱਥੇ ਆਪਣੇ ਸਮਾਜ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਹਾਂ ਕਿ ਅਸੀਂ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਨਾਮ ਦੇ ਨਾਲ ਇੱਕ ਟੀਮ ਦਾ ਗਠਨ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈ ਅੰਬੇਡਕਰ ਟਾਈਗਰ ਫੋਰਸ NGO ਔਰ ਵੱਧ ਤੋਂ ਵੱਧ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਇਹਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਓ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਅਗਰ ਅਸੀਂ ਦੇਸ਼ ਦੇ ਉੱਤੇ ਰਾਜ ਭਾਗ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਦਿੱਲੀ ਪਹੁੰਚਣਾ ਪਊ। ਇਸ ਲਈ ਜਿਹੜਾ ਹੈਗਾ ਅਸੀਂ ਵੱਧ ਤੋਂ ਵੱਧ ਸਪੋਰਟ ਕਰਕੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਇਕੱਠੇ ਹੋਈਏ ਤਾਂ ਕਿ ਅਸੀਂ ਰਾਜ ਭਾਗ ਜੋ ਬਾਬਾ ਸਾਹਿਬ ਸਾਨੂੰ ਲੈ ਕੇ ਦੇ ਗਏ ਹਨ ਬਸ ਸਾਨੂੰ ਉੱਥੇ ਤੱਕ ਪਹੁੰਚਣ ਦੀ ਲੋੜ ਹੈ। ਇਸ ਕਰਕੇ ਪੂਰੇ ਭਾਰਤ ਵਰਸ਼ ਨੂੰ ਮੈਂ ਜਿਹੜਾ ਹੈਗਾ ਦੇਸ਼ ਵਾਸੀਆਂ ਨੂੰ ਫਿਰ ਤੋਂ ਜਿਹੜੀ ਹੈਗੀ ਹੈ ਅੱਜ ਦੇ ਸ਼ੌਰਯ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਜੈ ਭੀਮ ਜੈ ਭਾਰਤ। ਅੱਜ ਦੇ ਦਿਨ ਤੇ ਵਿਸ਼ੇਸ਼ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਹ ਜਿਹੜੇ 500 ਮਹਾਰ ਸਾਡੇ ਸੈਨਿਕ ਜਿਹਨਾਂ ਨੇ 28,000 ਦੀ ਫੌਜ ਨੂੰ ਮਾਰ ਮੁਕਾਇਆ ਸੀ ਉਹਨਾਂ ਦੀ ਯਾਦ ਦੇ ਵਿੱਚ ਕੋਰੇਗਾਓਂ ਦੇ ਵਿੱਚ ਭੀਮਾ ਕੋਰੇਗਾਓਂ 75 ਫੁੱਟ ਦਾ ਸਤੰਭ ਬਣਿਆ ਹੋਇਆ ਹੈ ਜਿੱਥੇ ਬਾਬਾ ਸਾਹਿਬ ਉਹਨਾਂ ਨੂੰ ਹਰ ਸਾਲ ਸਲੂਟ ਕਰਨ ਜਾਇਆ ਕਰਦੇ ਸੀ, ਉਹਨਾਂ ਟਾਈਗਰਾਂ ਨੂੰ ਸਲੂਟ ਕਰਨ ਜਾਇਆ ਕਰਦੇ ਸੀ। ਉਸੇ ਚੀਜ਼ ਨੂੰ ਲੈ ਕੇ ਅੱਜ ਅਸੀਂ 1 ਤਰੀਕ ਨੂੰ 2018 ਨੂੰ ਅੰਬੇਡਕਰ ਟਾਈਗਰ ਫੋਰਸ NGO ਦਾ ਗਠਨ ਕਰਨ ਜਾ ਰਹੇ ਹਾਂ ਜਿਸ ਦਾ ਐਲਾਨ ਬਾਅਦ ਵਿੱਚ